ਮਰਚੈਂਟ ਨੇਵੀ ਚ ਤੈਨਾਤ ਸੈਕਿੰਡ ਆਫਿਸਰ ਹਰਜੋਤ ਸਿੰਘ ਕਈ ਦਿਨਾਂ ਤੋਂ ਲਾਪਤਾ ਹੈ, ਜੋ 16 ਤਰੀਕ ਤੋਂ ਲਾਪਤਾ ਹੋ ਗਿਆ ਸੀ। ਹਰਜੋਤ ਸਿੰਘ ਆਪਣੀਆਂ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਜਿਵੇਂ ਹੀ ਪਰਿਵਾਰ ਨੂੰ ਹਰਜੋਤ ਦੇ ਲਾਪਤਾ ਹੋਣ ਦੀ ਖਬਰ ਪਤਾ ਲੱਗੀ ਤਾਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਪਰਿਵਾਰ ਨੇ ਸਰਕਾਰ ਤੋਂ ਹੁਣ ਮਦਦ ਦੀ ਗੁਹਾਰ ਲਗਾਈ ਹੈ। ਉੱਥੇ ਹੀ ਹਰਜੋਤ ਦੀ ਮਾਂ ਰੋ ਰੋ ਕੇ ਅਰਦਾਸਾਂ ਕਰ ਰਹੀ ਹੈ ਕਿ ਉਸਦਾ ਪੁੱਤ ਸਹੀ ਸਲਾਮਤ ਵਾਪਸ ਆ ਜਾਵੇ। ਪਰਿਵਾਰ ਦਾ ਕਹਿਣਾ ਹੈ ਕਿ ਕੈਪਟਨ ਕਦੇ ਕਹਿੰਦਾ ਹੈ ਕਿ ਉਸਨੇ ਸਮੁੰਦਰ ਦੇ ਵਿੱਚ ਛਾਲ ਮਾਰ ਦਿੱਤੀ ਹੈ ਤੇ ਕਦੇ ਕਹਿੰਦਾ ਹੈ ਕਿ ਹਰਜੋਤ ਦਾ ਪੈਰ ਫਿਸਲ ਗਿਆ ਜਿਸ ਕਾਰਨ ਉਹ ਸਮੁੰਦਰ ਦੇ ਵਿੱਚ ਜਾ ਡਿੱਗਿਆ। ਫਿਲਹਾਲ ਪਰਿਵਾਰ ਨੇ ਹੁਣ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ। ਦੱਸਣਾ ਬਣਦਾ ਹੈ ਕਿ ਹਰਜੋਤ ਜੋ ਮਰਚੈਂਟ ਨੇਵੀ ਦੇ ਵਿੱਚ ਸੈਕਿੰਡ ਆਫਿਸਰ ਤੈਨਾਤ ਸੀ, ਜੋ 16 ਤਰੀਕ ਤੋਂ ਲਾਪਤਾ ਹੈ, ਉਹ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ। ਫਿਲਹਾਲ ਪਰਿਵਾਰ ਹੁਣ ਆਪਣੇ ਪੁੱਤ ਦੇ ਉਡੀਕ ਕਰ ਰਿਹਾ ਕਿ ਕਦੋਂ ਉਹਨਾਂ ਦਾ ਪੁੱਤ ਵਾਪਸ ਆਵੇ। ਜੇ ਹਰਜੋਤ ਸਿੰਘ ਦੀ ਉਮਰ ਦੀ ਗੱਲ ਕੀਤੀ ਜਾਵੇ ਤਾਂ ਉਮਰ ਸਿਰਫ 24-25 ਸਾਲ ਹੀ ਦੱਸੀ ਜਾ ਰਹੀ ਹੈ ਹਰਜੋਤ ਦੀ, ਜੋ ਨੇਵੀ ਦੇ ਵਿੱਚ ਸੈਕਿੰਡ ਆਫਿਸਰ ਤੈਨਾਤ ਸੀ। ਪਰ ਹੁਣ ਕਈ ਦਿਨਾਂ ਤੋਂ ਹਰਜੋਤ ਲਾਪਤਾ ਹੈ ਤੇ ਹੁਣ ਪਰਿਵਾਰ ਆਪਣੇ ਪੁੱਤ ਦੀ ਭਾਲ ਦੇ ਵਿੱਚ ਲੱਗੀ ਹੋਈ ਹੈ। ਮਰਚੈਂਟ ਨੇਵੀ ਚ ਤੈਨਾਤ ਸੈਕਿੰਡ ਆਫਿਸਰ ਹਰਜੋਤ ਸਿੰਘ ਕਈ ਦਿਨਾਂ ਤੋਂ ਲਾਪਤਾ ਹੈ, ਜੋ 16 ਤਰੀਕ ਤੋਂ ਲਾਪਤਾ ਹੋ ਗਿਆ ਸੀ। ਹਰਜੋਤ ਸਿੰਘ ਆਪਣੀਆਂ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਜਿਵੇਂ ਹੀ ਪਰਿਵਾਰ ਨੂੰ ਹਰਜੋਤ ਦੇ ਲਾਪਤਾ ਹੋਣ ਦੀ ਖਬਰ ਪਤਾ ਲੱਗੀ ਤਾਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਪਰਿਵਾਰ ਨੇ ਸਰਕਾਰ ਤੋਂ ਹੁਣ ਮਦਦ ਦੀ ਗੁਹਾਰ ਲਗਾਈ ਹੈ। ਉੱਥੇ ਹੀ ਹਰਜੋਤ ਦੀ ਮਾਂ ਰੋ ਰੋ ਕੇ ਅਰਦਾਸਾਂ ਕਰ ਰਹੀ ਹੈ ਕਿ ਉਸਦਾ ਪੁੱਤ ਸਹੀ ਸਲਾਮਤ ਵਾਪਸ ਆ ਜਾਵੇ। ਪਰਿਵਾਰ ਦਾ ਕਹਿਣਾ ਹੈ ਕਿ ਕੈਪਟਨ ਕਦੇ ਕਹਿੰਦਾ ਹੈ ਕਿ ਉਸਨੇ ਸਮੁੰਦਰ ਦੇ ਵਿੱਚ ਛਾਲ ਮਾਰ ਦਿੱਤੀ ਹੈ ਤੇ ਕਦੇ ਕਹਿੰਦਾ ਹੈ ਕਿ ਹਰਜੋਤ ਦਾ ਪੈਰ ਫਿਸਲ ਗਿਆ ਜਿਸ ਕਾਰਨ ਉਹ ਸਮੁੰਦਰ ਦੇ ਵਿੱਚ ਜਾ ਡਿੱਗਿਆ। ਫਿਲਹਾਲ ਪਰਿਵਾਰ ਨੇ ਹੁਣ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ। ਦੱਸਣਾ ਬਣਦਾ ਹੈ ਕਿ ਹਰਜੋਤ ਜੋ ਮਰਚੈਂਟ ਨੇਵੀ ਦੇ ਵਿੱਚ ਸੈਕਿੰਡ ਆਫਿਸਰ ਤੈਨਾਤ ਸੀ, ਜੋ 16 ਤਰੀਕ ਤੋਂ ਲਾਪਤਾ ਹੈ, ਉਹ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ। ਫਿਲਹਾਲ ਪਰਿਵਾਰ ਹੁਣ ਆਪਣੇ ਪੁੱਤ ਦੇ ਉਡੀਕ ਕਰ ਰਿਹਾ ਕਿ ਕਦੋਂ ਉਹਨਾਂ ਦਾ ਪੁੱਤ ਵਾਪਸ ਆਵੇ। ਜੇ ਹਰਜੋਤ ਸਿੰਘ ਦੀ ਉਮਰ ਦੀ ਗੱਲ ਕੀਤੀ ਜਾਵੇ ਤਾਂ ਉਮਰ ਸਿਰਫ 24-25 ਸਾਲ ਹੀ ਦੱਸੀ ਜਾ ਰਹੀ ਹੈ ਹਰਜੋਤ ਦੀ, ਜੋ ਨੇਵੀ ਦੇ ਵਿੱਚ ਸੈਕਿੰਡ ਆਫਿਸਰ ਤੈਨਾਤ ਸੀ। ਪਰ ਹੁਣ ਕਈ ਦਿਨਾਂ ਤੋਂ ਹਰਜੋਤ ਲਾਪਤਾ ਹੈ ਤੇ ਹੁਣ ਪਰਿਵਾਰ ਆਪਣੇ ਪੁੱਤ ਦੀ ਭਾਲ ਦੇ ਵਿੱਚ ਲੱਗੀ ਹੋਈ ਹੈ।